ਜਸਟਿਨ ਟਰੂਡੋ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ। ਜੀ ਹਾਂ, ਇਹ ਬੋਲ ਨੇ ਐਂਡਰਿਊ ਸ਼ੀਰ ਦੇ। ਉਹਨਾਂ ਦਾ ਕਹਿਣਾ ਹੈ ਕਿ ਸਾਬਕਾ ਅਟਾਰਨੀ ਜਨਰਲ ਜੌਡੀ ਵਿਲਸਨ ਰੇਬੋਲਡ ਵੱਲੋਂ ਐਸਐਨਸੀ ਲਵਲੀਨ ਮਾਮਲੇ 'ਚ ਦਿੱਤੇ ਗਏ ਬਿਆਨ ਤੋਂ ਇਹ ਸਾਬਤ ਹੋ ਚੁੱਕਾ ਹੈ ਕਿ ਪ੍ਰਧਾਨ ਮੰਤਰੀ ਸੱਤਾ ਸਾਂਭਣ ਦੇ ਕਾਬਲ ਨਹੀਂ ਨੇ। ਜ਼ਿਕਰਯੋਗ ਹੈ ਕਿ 3 ਘੰਟੇ ਦੀ ਚੱਲੀ ਕਾਮਨਸ ਨੀਆ ਦੀ ਮੀਟਿੰਗ ਵਿੱਚ ਸਾਬਕਾ ਅਟਾਰਨੀ ਜਨਰਲ ਜੌਡੀ ਵਿਲਸਨ ਰੇਬੋਲਡ ਵੱਲੋਂ ਦਿੱਤੀ ਗਈ ਗਵਾਹੀ 'ਚ ਮੰਨਿਆ ਗਿਆ ਹੈ ਕਿ ਉਸਨੇ ਐਸਐਨਸੀ ਲਵਲੀਨ ਮਾਮਲੇ 'ਚ ਟਰੂਡੋ ਤੇ ਦਬਾਅ ਪਾਇਆ ਹੈ। ਪਰ ਸ਼ੀਰ ਦੀ ਇਸ ਮੰਗ ਤੇ ਪ੍ਰਤੀਕਿਰਿਆ ਪ੍ਰਗਟਾਉਂਦੇ ਹੋਏ ਟਰੂਡੋ ਨੇ ਆਖਿਆ ਹੈ ਕਿ ਇਸ ਸਾਲ ਦੇ ਅਖੀਰ 'ਚ ਕੈਨੇਡੀਅਨ ਇਹ ਫੈਸਲਾ ਕਰਨਗੇ ਕਿ ਉਹਨਾਂ ਨੇ ਲਿਬਰਲ ਪਾਰਟੀ ਨੂੰ ਚੁਣਨਾ ਜਾਂ ਸੱਤਾ ਕੰਜ਼ਰਵੇਟਿਵ ਪਾਰਟੀ ਦੇ ਹੱਥ ਸੌਂਪਣੀ ਹੈ। ਸਿਮਰਨ ਦੀ ਸਪੈਸ਼ਲ ਰਿਪੋਰਟ ਦੇ ਨਾਲ ਬਿਊਰੋ ਰਿਪੋਰਟ ਦਾ ਟੀਵੀ ਐਨਆਰਆਈ।